ਪੰਜਾਬ ਤੋਂ ਪਹਿਲੀ ਵਾਰ ਸੰਸਦ ਮੈਂਬਰ ਵਜੋਂ ਜਿੱਤ ਹਾਸਲ ਕਰਕੇ ਸੰਸਦ ਵਿੱਚ ਪਹੁੰਚੀ ਕਾਂਗਰਸੀ MP ਮੁਹੰਮਦ ਸਦੀਕ ਨੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸਪੀਚ ਕਰਕੇ ਹੋਰਨਾਂ ਸੰਸਦ ਮੈਂਬਰਾਂ ਲਈ ਮਿਸਾਲ ਪੈਦਾ ਕਰ ਦਿੱਤੀ। ਹਾਲਾਂਕਿ ਸਦੀਕ ਵੱਲੋਂ ਪੰਜਾਬੀ ਬੋਲਣ ਉੱਤੇ ਸੰਸਦ ਵਿੱਚ ਖੂਬ ਹਾਸਾ ਪਿਆ। ਸਪੀਕਰ ਵਾਰ ਵਾਰ ਸਦੀਕ ਨੂੰ ਅਪੀਲ ਕਰਦੇ ਰਹੇ ਕਿ ਕਈ ਮੈਂਬਰਾਂ ਨੂੰ ਤਕਲੀਫ ਹੋ ਰਹੀ ਏ, ਇਸ ਲਈ ਹਿੰਦੀ ਵਿੱਚ ਬੋਲੋ, ਪਰ ਸਦੀਕ ਨਾ ਟਲੇ। ਇਸ ਤੋਂ ਇਲਾਵਾ ਸਦੀਕ ਦੀ ਬੋਲਣ ਸ਼ੈਲੀ ਉੱਤੇ ਵੀ ਖੂਬ ਹਾਸਾ ਪਿਆ, ਪਰ ਸਦੀਕ ਆਪਣੇ ਅੰਦਾਜ਼ ਵਿੱਚ ਡਟੇ ਰਹੇ। ਤੇ ਮੇਰੀ ਖੁਸ਼ਕਿਸਮਤੀ ਹੈ ਕਿ ਆਪ ਜੀ ਨੇ ਬੋਲਣ ਦਾ ਮੌਕਾ ਦਿੱਤਾ, ਕਿਉਂਕਿ ਮੇਰੀ ਵਾਰੀ ਆਪ ਜੀ ਆਏ ਹੋ। ਮੈਂ ਧੰਨਵਾਦ ਕਰਦਾ ਹਾਂ ਆਪਣੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਧੰਨਵਾਦ ਕਰਦਾ ਹਾਂ ਆਪਣੀ ਹਾਈ ਕਮਾਂਡ ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਡੀ ਪੰਚਾਇਤ, ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜ ਕੇ ਇਸ ਪਵਿੱਤਰ ਸਦਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ। ਮੈਡਮ, 2019 ਅਤੇ 20 ਦਾ ਜੋ ਮੁਹੰਮਦ ਸਾਦਿਕ ਜੀ ਆਪਨੇ ਪੰਜਾਬੀ ਕਾ ਨੋਟਿਸ ਨਹੀਂ ਦਿਆ ਹੈ, ਔਰ ਇਸ ਵਜ੍ਹਾ ਸੇ ਟ੍ਰਾਂਸਲੇਸ਼ਨ ਨਹੀਂ ਹੋ ਰਹੀ ਹੈ, ਤੋ ਆਪਕੋ ਹਿੰਦੀ ਮੇ ਬੋਲਣਾ ਹੈ। ਉਹ ਸਭ ਲੋਗੋ ਕੋ ਤਕਲੀਫ ਹੈ, ਵੋ ਨਹੀਂ ਸਮਝ ਰਹੇ ਆਪਕੇ ਬਾਰੇ। ਮੁਝੇ ਸਮਝ ਆਨੇ ਕੀ ਪ੍ਰੋਬਲਮ ਨਹੀਂ ਹੈ, ਬਾਕੀ ਹਾਊਸ ਕੋ ਪ੍ਰੋਬਲਮ ਹੈ। ਮੈਂ ਸੱਚੀ ਗੱਲ ਇਹ ਹੈ, ਮੈਂ ਪੰਜਾਬੀ ਆਪ ਕਰਕੇ ਬੋਲ ਰਿਹਾ, ਕਿਉਂਕਿ ਮੈਨੂੰ ਪਤਾ ਅਧਿਆਕਸ਼ ਜੀ ਸਮਝਦੇ ਨੇ। ਮੈਂ ਪਹਿਲਾਂ ਪੰਜਾਬੀ ਲਿਖ ਕੇ ਦਿੱਤਾ ਹੋਇਆ ਜੀ, ਮੈਂ ਪੰਜਾਬੀ ਚ ਲਿਖ ਕੇ ਦਿੱਤਾ ਸੀ ਜੀ। ਦਿਸ ਵਿਲ ਨਾਟ ਗੋ ਔਨ ਰਿਕਾਰਡ ਸਾਦਿਕ ਜੀ, ਆਪ ਬੋਲੀਏ, ਬਟ ਇਫ ਯੂ ਕੈਨ ਕੰਬਾਈਨ ਇਟ ਵਿਦ ਹਿੰਦੀ ਦੈਟ ਵਿਲ ਬੀ ਨਾਈਸ। ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਇਹ ਬਜਟ 2019 ਨਹੀਂ ਆਉਂਦੀ, ਹਾਂਜੀ ਹਿੰਦੀ ਮੈਂ ਬੋਲੂ ਤੋ ਮੈਡਮ, ਮੈਂ ਇੱਕ ਗੱਲ ਕਹਿ ਸਕਦਾ ਵੀ ਇਸ ਬਜਟ ਨੂੰ ਪੜ੍ਹ ਕੇ ਅਤੇ ਸੁਣ ਕੇ ਦਿਲ ਜਿਹਾ ਟੁੱਟ ਗਿਆ, ਅਸਮਾਤ ਹੀ ਮੂੰਹ ਚੋਂ ਨਿਕਲ ਗਿਆ ਕਿ ਮੈਨੇ ਤੋ ਚਾਂਦ ਸਿਤਾਰੋ ਕੀ ਤਮੰਨਾ ਕੀ ਥੀ, ਮੁਝ ਕੋ ਰਾਤੋਂ ਕੇ ਸਿਵਾ ਔਰ ਕੁਛ ਨਾ ਮਿਲਾ। ਮੈਡਮ ਜੀ, ਇਸ ਬਜਟ ਮੈਂ ਦਲਿਤੋਂ ਕੇ ਲੀਏ, ਗਰੀਬੋਂ ਕੇ ਲੀਏ, ਪਛੜੋਂ ਕੇ ਲੀਏ, ਅਤੀ ਪਛੜੋਂ ਕੇ ਲੀਏ, ਕਿਸਾਨੋਂ ਕੇ ਲੀਏ, ਮਜ਼ਦੂਰੋਂ ਕੇ ਲੀਏ, ਘੱਟ ਗਿਣਤੀ ਯਾਨੀ ਕਮ ਗਿਣਤੀ ਕੇ ਜੋ ਲੋਕ ਹੈ ਉਨਕੇ ਲੀਏ ਸਿਰਫ ਸੁਪਨੇ ਦਿਖਾਏ ਗਏ ਹੈ, ਵੋ ਸੁਪਨੇ ਜੋ ਸਾਕਾਰ ਹੋਣੇ ਕੀ ਉਮੀਦ ਬਹੁਤ ਕਮ ਹੈ। ਕਹਾ ਜਾ ਸਕਤਾ ਹੈ, ਮੈਂ ਆਪਕੋ ਬਾਤ ਬਤਾਤਾ ਹੂੰ ਕਿ ਹਰ ਚੌਂਕਨੇ ਵਾਲੀ ਚੀਜ਼ ਸੋਨਾ ਨਹੀਂ ਹੋਤੀ ਹੈ, ਤੋ ਇਸਕੇ ਲੀਏ ਮੈਂ ਇੱਕ ਹੀ ਬਾਤ ਕਹੂੰਗਾ, ਅੱਧੀ ਰਾਤ ਪਹਿਰ ਦੇ ਤੜਕੇ ਅੱਖੀਆਂ ਦੇ ਵਿੱਚ ਨੀਂਦਰ ਰੜਕੇ, ਅੱਧੀ ਰਾਤ ਪਹਿਰ ਦੇ ਤੜਕੇ ਅੱਖੀਆਂ ਦੇ ਵਿੱਚ ਨੀਂਦਰ ਰੜਕੇ, ਲੋਹੀ ਲੋਹ ਸੀ ਸੇਕ ਨਹੀਂ ਸੀ, ਦੇਖ ਲਿਆ ਮੈਂ ਜੁਗਨੂੰ ਫੜ ਕੇ। ਮੈਂ ਆਪਕੋ ਬਤਾ ਦੇਤਾ ਹੂੰ ਕਿ ਇਹ ਬਜਟ ਐਸਾ ਹੈ ਜੈਸੇ ਕੋਈ ਚਮਕਨੇ ਵਾਲੀ ਚੀਜ਼ ਜੁਗਨੂੰ ਦੇਖਾ ਆਪਣੇ ਵੋ ਹੋਤਾ ਹੈ, ਤੋ ਉਸਕੋ ਲੋਕ ਸਮਝਤੇ ਹੈ ਕਿ ਇਹ ਆਗ ਹੋਗੀ, ਇਸਮੇ ਤਪਸ਼ ਹੋਗੀ, ਸੇਕ ਹੋਗਾ, ਲੇਕਿਨ ਜਬ ਉਹ ਪਕੜਾ ਤੋ ਬਹੁਤ ਸ਼ੀਤਲ ਥਾ, ਬਹੁਤ ਹੀ ਠੰਡਾ ਥਾ, ਸਮਝ ਗਏ ਆਪ। ਤੋ ਮੈਂ ਦੇਖੀਏ ਬਸ, ਅਬ ਮੁਝੇ
गियर बदलना पड़ता है और मैं दुखी हो रहा हूँ। ये मैं इसलिए कह रहा हूँ कि पिछली बार 2014 में भी ऐसा ही हुआ था। कैसे? जैसे काला धन देश में आएगा, हर आदमी की जेब में 15 लाख रुपए पड़ेंगे, चाहे उसकी जेब फट जाए, जैसा भी। हाँ, और इसके अलावा अच्छे दिन आएंगे, इसके अलावा झांसा देना, एक साल में 2 करोड़ नौकरी नौजवानों को देना, लारे लगाना, और मैं समझता हूँ मोदी जी के लारे ब्याहे भी कुवारे। आप समझते हैं? तो मैं विदेशों से पैसा वापस हिंदुस्तान में लेके आना, किसानों की आमदनी दुगनी करना, वो लोगों की वो सारी ये बातें अंधेरे में जैसे खो गई होती हैं, ऐसा हुआ है। मैडम जी, हो मैं आपसे सॉरी सर, मुझे फिर गियर बदलना पड़ेगा है। आप जी देख रहे हो पटियाला टीवी, पटियाला टीवी जोड़े आप जी ने सुने पंजाब ते देश नाल, हमेशा देखते रहो पटियाला टीवी। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ IPMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਲਾਈਵ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਓਵਰਹੈਡ ਪ੍ਰੋਜੈਕਟਰ, DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ, ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ। 0175-1218-93-560-91-560-91-07 90-560-90-02 www.gurunanakinstitute.com